I'm
ਲਓ ਵੀ ਦੋਸਤੋ ਪ੍ਰੋਜੈਕਟ ਆਪਣਾ ਹੋ ਗਿਆ ਫਿੱਟ, ਵੇਖ ਸਕਦੇ ਹਾਂ ਬਹੁਤ ਵਧੀਆ ਲੱਗਿਆ। ਹੁਣ ਆਪਾਂ ਤੁਹਾਨੂੰ ਮੋਟਰ ਚੈੱਕ ਕਰਾਉਣੇ ਆ ਕਿਹੜੀ ਕੰਪਨੀ ਦੀ ਆ, ਗਾਹਕ ਦੀ ਪੁਰਾਣੀ ਆ ਕਿ ਆਪਾਂ ਨਵੀਂ ਫਿੱਟ ਕੀਤੀ ਆ। ਪੈਨਲ ਚੈੱਕ ਕਰਾਉਣੇ ਆ ਕਿਹੜੀ ਕੰਪਨੀ ਦੀ ਆ, ਕਿੰਨੇ ਕਿੰਨੇ ਵਾਟ ਦੇ ਆ, ਅਤੇ ਡਰਾਈਵ ਵੀ ਚੈੱਕ ਕਰਾਉਣੇ ਆ ਕਿਹੜੀ ਕੰਪਨੀ ਦੀ ਆ, ਕਿੰਨੀ ਕਿੰਨੀ ਫ੍ਰੀਕੁਐਂਸੀ 'ਤੇ ਚੱਲ ਰਹੀ ਆ, ਅਤੇ ਮੋਟਰ ਵੋਲਟੇਜ ਕਿੰਨੇ ਲੈਂਦੀ ਆ, ਅੰਪੇਅਰ ਕਿੰਨੇ ਲੈਂਦੀ ਆ, ਸਾਰਾ ਕੁਝ ਚੈੱਕ ਕਰਾਉਣੇ, ਪ੍ਰੈਸ਼ਰ ਵੀ ਚੈੱਕ ਕਰਾਉਣੇ ਤੁਹਾਨੂੰ। ਮੋਟਰ ਹੈਗੀ ਆ ਜੀ ਲੂਬੀ ਕੰਪਨੀ ਦੀ, ਪਰ ਗਾਹਕ ਦੀ ਮੋਟਰ ਇਹ ਪੁਰਾਣੀ ਆ, ਬਹੁਤ ਸੈੱਟ ਆ, ਬਹੁਤ ਪ੍ਰੈਸ਼ਰ ਦਾ ਪਾਣੀ ਕੱਢਦੀ ਆ। ਚੈੱਕ ਕਰਾਉਣੇ ਤੁਹਾਨੂੰ ਆਪਾਂ ਪੈਨਲ, ਪੈਨਲ ਇਹਦੇ ਵਿੱਚ ਲੂਬੀ ਕੰਪਨੀ ਦੇ ਆ ਜੀ, ਵੇਖ ਸਕਦੇ ਹਾਂ 2023 ਮੈਨੂਫੈਕਚਰ ਡੇਟ ਆ ਇਹਦੀ, ਓਰਿਜਨਲ ਪੈਨਲ ਆ, ਕੋਈ ਜਗਾੜ ਪੈਨਲ ਨਹੀਂ, ਸਟਿੱਕਰ ਵਾਲੇ ਪੈਨਲ ਨਹੀਂ, ਵੇਖ ਸਕਦੇ ਹਾਂ ਲੂਬੀ ਕੰਪਨੀ ਦੇ ਪੈਨਲ ਆ, 335 ਵਾਟ। ਇਹ ਸਾਰਾ ਪ੍ਰੋਜੈਕਟ ਹੈਵੀ ਸਟੈਂਡ ਦੇ ਵਿੱਚ ਆ, ਸਟਰਕਚਰ ਵੀ ਬਹੁਤ ਹੈਵੀ ਆ। ਤਾਂ ਪੈਨਲ ਆਹ ਦੇਖੋ, ਸੀਰੀਅਲ ਨੰਬਰ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ, ਮੈਨੂਫੈਕਚਰ ਡੇਟ, ਕਿਹੜੀ ਡੇਟ ਨੂੰ ਬਣਿਆ ਇਹ। ਇਹ ਲੂਬੀ ਕੰਪਨੀ ਦਾ ਪੈਨਲ ਆ, 335 ਵਾਟ, ਪੂਰਾ ਟੈਸਟ ਹੋ ਕੇ ਓਕੇ ਹੋ ਕੇ ਫਿਰ ਆਉਂਦਾ ਇਹ ਮਾਰਕੀਟ 'ਚ। ਅਤੇ ਸਟੈਂਡ ਵੀ ਬਿਲਕੁਲ ਹੈਵੀ ਆ, ਸਟਰਕਚਰ ਬਹੁਤ ਸਿਰੇ ਦਾ ਏ। ਬੇਸ ਵੀ ਬਹੁਤ ਵਧੀਆ ਬਣਿਆ ਬਾਈ ਨੇ, ਵੱਟ ਵੁੱਟ ਬਣਾ ਕੇ ਸਾਈਡਾਂ 'ਤੇ, ਪਾਣੀ ਨਾ ਆਉਣ 'ਤੇ ਬਚਿਆ ਰਹੇ ਪਾਣੀ ਤੋਂ। ਹੁਣ ਅਗਲਾ ਸਟੈਂਡ ਚੈੱਕ ਕਰਾਉਣੇ ਤੁਹਾਨੂੰ, ਇਹਦੇ ਵਿੱਚ ਵੀ ਸੇਮ ਹੀ ਆ, ਪੈਨਲ ਵੀ ਸੇਮ ਹੀ ਆ, ਸਟੈਂਡ ਵੀ। ਡਰਾਈਵ ਚੈੱਕ ਕਰਾਉਣੇ ਤੁਹਾਨੂੰ ਆਪਾਂ, ਕਿਹੜੀ ਕੰਪਨੀ ਦੀ ਆ, ਕਿੰਨੇ ਕਿੰਨੇ ਫ੍ਰੀਕੁਐਂਸੀ 'ਤੇ, ਕਿੰਨੇ ਕਿੰਨੇ ਵੋਲਟੇਜ ਲੈਂਦੀ ਮੋਟਰ, 'ਤੇ ਕਿੰਨੇ ਅੰਪੇਅਰ ਲੈ ਰਹੀ ਆ। ਦੇਖ ਸਕਦੇ ਹਾਂ 38 'ਤੇ ਚੱਲ ਰਹੀ ਆ, 4:15 ਹੋ ਗਏ ਸ਼ਾਮ ਦੇ, ਕਰੰਪਟਨ ਦੀ ਡਰਾਈਵ ਆ, ਪੁਰਾਣੀ ਮੋਟਰ ਆ। ਅਤੇ ਚੈੱਕ ਕਰਾਉਣੇ ਤੁਹਾਨੂੰ ਕਿੰਨੇ, ਦੇਖ ਸਕਦੇ ਹਾਂ ਇਹਦੀ ਆ ਰਹੀ ਆ ਜੀ 5 ਦਾ ਪ੍ਰੋਜੈਕਟ ਆ, 5900 ਦੇ ਕਰੀਬ ਆ ਰਹੀ ਆ ਵੋਲਟੇਜ, 9.1 ਅੰਪੇਅਰ ਲੈਂਦੀ ਪਈ ਮੋਟਰ, 317 ਵੋਲਟੇਜ ਲੈ ਰਹੀ ਆ ਮੋਟਰ, 38 'ਤੇ ਚੱਲ ਰਹੀ ਆ ਡਰਾਈਵ। ਇੱਥੇ ਪੈਨਲਾਂ ਦੀ ਇਨਪੁੱਟ, ਇੱਥੇ ਮੋਟਰ ਨੂੰ ਆਊਟਪੁੱਟ। ਹੁਣ ਤੁਹਾਨੂੰ ਆਪਾਂ ਪ੍ਰੈਸ਼ਰ ਚੈੱਕ ਕਰਾਉਣੇ ਆ, ਦੇਖ ਸਕਦੇ ਹਾਂ ਡਾਂ ਕਰਕੇ ਪਾਣੀ ਆ, ਫੁੱਲ ਪ੍ਰੈਸ਼ਰ ਆ, ਪੈਪ ਚੱਲਦੀ ਨਹੀਂ ਪਈ, 4 ਇੰਚੀ ਪਾਣੀ। ਔਨ ਗ੍ਰਿੱਡ, ਆਫ ਗ੍ਰਿੱਡ ਅਤੇ ਸੋਲਰ ਮੋਟਰਾਂ ਦੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਇਹੋ ਜਿਹੀਆਂ ਲੇਟੈਸਟ ਵੀਡੀਓ ਵੇਖਣ ਲਈ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਬੈੱਲ ਆਈਕਨ 'ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।